ਇਨਰ ਆ ਮੈਂ ਰਖਾ ਲੈ ਕੈਪਟਨ ਦਾ ਅਬੋਰ ਕਿਨੂਆ ਦਾ 2 ਕਰੋੜ ਰੁਪਏ ਨੇ ਮaaf ਕੀਤਾ ਨਵੇਂ ਕਾਨੂੰਨਾਂ ਦੀ ਆੜ ਦੇ ਵਿੱਚ ਹਿਮਾਚਲ ਦੀ ਫਰਮ ਸੀ ਤੇ ਜੇ ਗਲਤ ਹੋਵੇ ਤੇ 10-10 ਗਿੱਲਿਆਂ ਦੀ ਸ਼ਰਤ ਇਹ ਜਾਣ ਕੇ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਜਿਵੇਂ ਪਹਿਲਾਂ ਇਹ ਆਪਣੀਆਂ ਕੁਚਾਲਾਂੀਆਂ ਚੱਲਦੇ ਸੀ ਉਹੀ ਚੱਲਾਂ ਮੋਦੀ ਸਾਹਿਬ ਚੱਲ ਰਹੇ ਕੋਈ ਨਹੀਂ ਚੱਲ ਲੋ ਜਿੰਨਾ ਚੱਲਣਾ ਹੁਣ ਤਾਂ 176 ਵੀ ਤੇ 100 ਗੰਡੇ ਵੀ ਮੋਦੀ ਸਾਹਿਬ ਤਿਆਰ ਰੋ ਕਾਨੂੰਨ ਦਬਾਅ ਲੈਣੇ ਪੈਂਦੇ ਇਹ ਦੀ ਰਾਏ ਵੀ ਥੋੜੀ ਹੁੰਦਾ ਜੀ ਭਗਵੰਤ ਮਾਨ ਜਿਹੜੀ ਗੱਲ ਕਹਿੰਦਾ ਉਹ ਕਹਿੰਦਾ ਉਹ ਦਿਲੋਂ ਕਹਿੰਦਾ ਉਹ ਕਿਹੜਾ ਲੀਡਰ ਆਂਗੂ ਅੰਦਰ ਕੋਈ ਹੋਰ ਹੈ ਤੇ ਬਾਹਰ ਹੋਰ ਇੱਕੋ ਗੱਲ ਅੰਦਰ ਵੀ ਉਹ ਹੈ ਬਾਹਰ ਵੀ ਉਹ ਭਗਵੰਤ ਮਾਨ ਭਗਵੰਤ ਮਾਨ ਹੀ ਹੈ ਲਿਭਾਉਣ ਦਾ ਕੰਮ ਤਾਂ ਇਹ ਹੈ ਵੀ ਜੇ ਕੋਈ ਅਸੀਂ ਚੰਗਾ ਕੰਮ ਕੀਤਾ ਤੇ ਲੋਕ ਆਪੇ ਲਿਭਾਏ ਜਾਣਗੇ ਗੱਲਾਂ ਨਾਲ ਥੋੜੀ ਲੋਕ ਲਿਭਾਏ ਜਾਂਦੇ ਆ ਕੰਮ ਨਾਲ ਲਿਭਾਏ ਜਾਂਦੇ ਆ ਦਿੱਲੀ ਵਿੱਚ ਕਿਸਾਨਾਂ ਦੀ ਜਿਹੜੇ ਸਾਡੇ ਬਜ਼ੁਰਗ ਹੈ ਮਾਤਾ-ਮਾਂ ਭੈਣਾਂ ਬੱਚੇ ਹੈ ਜਿਹੜੇ ਉੱਥੇ ਬੈਠੇ ਜੀ ਉਹਨਾਂ ਦੀ ਪਾਣੀ ਤੋਂ ਲੈ ਕੇ ਪਖਾਨੇ ਤੱਕ ਦੀ ਜਿਹੜੀ ਵੀ ਸੇਵਾ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਕਰ ਸਕਿਆ ਉਹਨਾਂ ਨੇ ਕਰਵਾਈ ਸੇਵਾਦਾਰ ਬਣ ਕੇ ਤੇ ਨਾਲੇ ਜਿਤਾਇਆ ਨਹੀਂ ਕਦੇ ਕੋਈ ਜਿਹੜਾ ਨੇਤਾ ਉਹ ਕੰਮ ਵੀ ਕਰ ਸਕਦਾ ਗੱਲਾਂ ਨਹੀਂ ਗੱਲੇ ਵਾਅਦੇ ਨਹੀਂ ਕਦੇ ਧੋਖੇ ਨਹੀਂ ਜਿਵੇਂ ਮੋਦੀ ਸਾਹਿਬ ਨੇ ਕੀਤੇ ਜਾਂ ਕਾਪਟਨ ਸਾਹਿਬ ਨੇ ਕੀਤੇ ਜਾਂ ਬਾਦਲ ਨੇ ਕੀਤੇ ਆ ਜਾਂ ਯੋਗੀ ਕਰੀ ਜਾਂਦਾ ਤਾਂ ਤਾਂ ਧੋਖੇ ਆ ਅਰਵਿੰਦ ਕੇਜਰੀਵਾਲ ਨੇ ਵਾਅਦੇ ਕਰਕੇ ਤੇ ਨਵਾਕੇ ਦਿਖਾਏ ਆ ਜਿਹੜੇ ਬੰਦੇ ਸਵਾਲ ਉਠਾਉਂਦੇ ਉਹਨੂੰ ਕਹੋ ਵੀ ਇੱਕ ਡਾਕੂਮੈਂਟ ਜਿੱਦੇ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਦੇ ਸਾਈਨ ਉਹਨਾਂ ਲਿਆ ਕੇ ਦਿਖਾ ਦੇ ਇੱਕ ਡਾਕੂਮੈਂਟ ਗੱਲਾਂ ਕਹਿਣ ਨੂੰ ਤਾਂ ਬਹੁਤ ਗੱਲਾਂ ਬਦਲ ਕੇ ਗਈਆਂ ਨੇ ਲੈ ਉਹ ਕਹੀ ਜਾਂਦੇ ਕੈਪਟਨ ਵਿੰਦਰ ਸਿੰਘ ਕਹਿੰਦਾ ਮੈਂ ਕਾਨੂੰਨ ਵਾਪਸ ਮਾਫਕਾ ਆਪਣਾ ਰੱਦ ਕਰਤਾ ਵੀ ਭਲਿਆ ਮਾਨ ਸਾ ਤੂੰ ਪੰਜਾਬ ਦੇ ਲੋਕਾਂ ਨੂੰ ਹਜੇ ਵੀ ਅਨਪੜ੍ਹ ਸਮਝਦਾ ਸੋ ਇਸ ਕਰਕੇ ਇਹਨਾਂ ਨੇ ਡਰਾਮੇਬਾਜ਼ੀ ਕੀਤੀ ਸੀ ਮੈਂ ਵਿਧਾਨ ਸਭਾ ਜੀ ਬੋਲਿਆ ਸੀ ਤੇ ਕੈਪਟਨ ਨੇ ਆਪਦੇ ਪੇਜ ਤੇ ਵੀ ਪਾਇਆ ਉਹ ਜਿੱਥੇ ਮੈਂ ਬੋਲਦਾ ਉਥੇ ਆਵਾਜ਼ ਮਿਊਟ ਕਰਤੀ ਆਪਦੀ ਆਵਾਜ਼ ਦੀ ਆਉਂਦੀ ਹੈ ਸੋ ਇਹ ਧੋਖੇ ਭਾਜਾ ਧੋਖਾ ਇਹਨਾਂ ਨੇ ਕੀਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ ਤੇ ਮੈਂ ਮਨਿੰਦਰ ਜੀ ਸਿੱਧੂ ਕਿਸਾਨੀ ਅੰਦੋਲਨ ਨੂੰ ਲੈ ਕੇ ਹਰ ਕੋਈ ਪਾਰਟੀ ਕਿਸਾਨੀ ਅੰਦੋਲਨ ਨੂੰ ਆਪਣੇ ਹੱਕ ਵਿੱਚ ਭਗਤੌਣ ਤੇ ਲੱਗੀ ਹੋਈ ਹੈ ਤਾਂ ਇਸੇ ਦੇ ਚੱਲਦਿਆਂ 21 ਤਰੀਕ ਨੂੰ 21 ਮਾਰਚ ਨੂੰ ਬਾਗਾਪੁਰਾਣਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਇੱਕ ਰੈਲੀ ਰੱਖੀ ਗਈ ਹੈ ਕਿਸਾਨ ਸਮੇਲਨ ਦੇ ਨਾਂ ਤੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹੈ ਉਹਨਾਂ ਦੀ ਇਸ ਰੈਲੀ ਦਾ ਕੀ ਮਕਸਦ ਹੈ ਕੀ ਉਹ ਦੂਜੀਆਂ ਪਾਰਟੀਆਂ ਨੂੰ ਇੱਕ ਆਮ ਆਦਮੀ ਪਾਰਟੀ ਵੀ ਕਿਸਾਨਾਂ ਨੂੰ ਆਪਣੇ ਹੱਕ ਵਿੱਚ ਭੇਟਾਉਣ ਲਈ ਜਿਹੜੀ ਇਹ ਰੈਲੀ ਕਰ ਰਹੀ ਹੈ ਜਾਂ ਕੋਈ ਇਸ ਦਾ ਹੋਰ ਮਕਸਦ ਹੈ ਇਹ ਸਾਰਿਆਂ ਦੀ ਜਾਣਕਾਰੀ ਲਈ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਉਹਨਾਂ ਨਾਲ ਗੱਲਬਾਤ ਕਰਾਂਗੇ ਸੰਧਵਾ ਸਾਹਿਬ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਧਵਾ ਸਾਹਿਬ ਪਹਿਲਾ ਸਵਾਲ ਜਿਵੇਂ ਅਸੀਂ ਇੰਟਰੋ ਚ ਹੀ ਕਿਹਾ ਹੈ ਕੀ ਜਿਹੜੀ ਇਹ ਰੈਲੀ ਹੈ ਕੁਈ ਵਾਕਈ ਇਹਦੇ ਪਿੱਛੇ ਕਿਸਾਨੀ ਦਾ ਦਰਦ ਹੈ ਜਾਂ ਸਿਰਫ 2022 ਦੇ ਇਲੈਕਸ਼ਨ ਨੂੰ ਦੇਖ ਕੇ ਵੀ ਲੋਕਾਂ ਨੂੰ ਲੁਭਾਉਣ ਲਈ ਰੱਖੀ ਗਈ ਹੈ। ਦੇਖੋ ਜੀ ਜਿਹੜੀਆਂ ਰੈਲੀਆਂ ਹੁੰਦੀਆਂ ਜਾਂ ਪੋਲਿਟੀਕਲ ਪਾਰਟੀਆਂ ਦੇ ਪ੍ਰੋਗਰਾਮ ਹੁੰਦੇ ਆ ਉਹ ਲੁਭਾਉਣ ਲਈ ਨਹੀਂ ਹੁੰਦੇ। ਉਹ ਆਪਦੀ ਗੱਲ ਬਚਾਉਣ ਲਈ ਹੁੰਦੇ ਆ। ਲੁਭਾਉਣ ਦਾ ਕੰਮ ਤਾਂ ਇਹ ਹੈ ਵੀ ਜੇ ਕੋਈ ਅਸੀਂ ਚੰਗਾ ਕੰਮ ਕੀਤਾ ਤਾਂ ਲੋਕ ਆਪੇ ਲੁਭਾਏ ਜਾਣਗੇ। ਗੱਲਾਂ ਨਾਲ ਥੋੜੀ ਲੋਕ ਲੁਭਾਏ ਜਾਂਦੇ ਆ, ਕੰਮ ਨਾਲ ਲੁਭਾਏ ਜਾਂਦੇ ਆ। ਤੇ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਜਿਹਦੇ ਨੇਤਾ ਅਰਵਿੰਦ ਕੇਜਰੀਵਾਲ ਜੀ ਆ ਉਸ ਪਾਰਟੀ ਨੇ ਜਿਹੜਾ ਵੀ ਕੰਮ ਕੀਤਾ ਲੋਕ ਤਾਂ ਆਪੇ ਖਿੱਚੇ ਆਉਂਦੇ ਆ ਜਿਵੇਂ ਫੁੱਲ ਤੇ ਭੌਰਾ ਨਹੀਂ ਆ ਕੇ ਬਹਿੰਦਾ ਐ ਲੋਕ ਆ ਕੇ ਆਵਾਜ਼ੀ ਪਾਰਟੀ ਬਾਰੇ ਪੁੱਛਦੇ ਆ ਦੇਖਦੇ ਆ ਲੋਕ ਹੈਰਾਨ ਆ ਕਹਿੰਦੇ ਯਾਰ ਇਹ ਤਾਂ ਪਾਰਟੀ ਐਸੀ ਪਾਰਟੀ ਹੈ ਵੀ ਜਿੰਨੇ ਵਾਦੇ ਜਿਹੜੀ ਪਾਰਟੀ ਨੇ ਕੀਤੇ ਆ ਉਹ ਪੂਰੇ ਗੀਤੇ ਪਹਿਲੀ ਪਾਰਟੀ ਹੈ ਹਿੰਦੁਸਤਾਨ ਦੇ ਵਿੱਚ ਇਸ ਪਾਰਟੀ ਦੇ ਜਿਹੜੇ ਨੇਤਾ ਆਮ ਲੋਕਾਂ ਨੂੰ ਮਿਲਦੇ ਆ ਅਰਵਿੰਦ ਕੇਜਰੀਵਾਲ ਜੀ ਨੂੰ ਜੇ ਮਿਲਣਾ ਹੋਵੇ ਤੇ ਪੰਜਾਬ ਦੇ ਵਿੱਚ ਮਰਖਾ ਡੀਸੀ ਨੂੰ ਮਿਲਣ ਤੇ ਵੱਧ ਟਾਈਮ ਲੱਗਦਾ ਪਰ ਅਰਵਿੰਦ ਕੇਜਰੀਵਾਲ ਜੀ ਨੂੰ ਮਿਲਣ ਤੇ ਟਾਈਮ ਨਹੀਂ ਲੱਗਦਾ ਤੇ ਇੱਥੋਂ ਦੇ ਮੁੱਖ ਮੰਤਰੀ ਤਾਂ ਮਤਲਬ ਆਪ ਦੇ ਆਪ ਨੂੰ ਸਮਝਦੇ ਬਾਦਸ਼ਾਹ ਅਰਵਿੰਦ ਕੇਜਰੀਵਾਲ ਸਮਝਦੇ ਸੇਵਕ ਦੇਖੋ ਦਿੱਲੀ ਸਾਰੀਆਂ ਪਾਰਟੀਆਂ ਦੇ ਉੱਥੇ ਨੁਮਾਇੰਦੇ ਆ ਐਮਪੀ ਆ ਸਾਰੇ ਦਿੱਲੀ ਜਾਂਦੇ ਆ ਤੇ ਦਿੱਲੀ ਵਿੱਚ ਕਿਸਾਨਾਂ ਦੀ ਜਿਹੜੇ ਸਾਡੇ ਬਜ਼ੁਰਗ ਆ ਮਾਤਾ-ਮਾਂ ਭੈਣਾਂ ਬੱਚੇ ਆ ਜਿਹੜੇ ਉੱਥੇ ਬੈਠੇ ਜੀ ਉਹਨਾਂ ਦੀ ਪਾਣੀ ਤੋਂ ਲੈ ਕੇ ਪਖਾਨੇ ਤੱਕ ਦੀ ਜਿਹੜੀ ਵੀ ਸੇਵਾ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਕਰ ਸਕਿਆ ਉਹਨਾਂ ਨੇ ਕਰਵਾਈ ਸੇਵਾਦਾਰ ਬਣ ਕੇ ਤੇ ਨਾਲੇ ਜਿਤਾਇਆ ਨਹੀਂ ਕਦੇ ਮੋਦੀ ਦੇ ਸਾਹਮਣੇ ਭਾਈ ਜੀ ਕਿਸੇ ਦੀ ਹਿੰਮਤ ਨਹੀਂ ਪਈ 200 ਤੋਂ ਵੱਧ ਐਮਪੀ ਆ ਕਾਂਗਰਸ ਕੋਲੇ ਇੱਕ ਵੀ ਐਮਪੀ ਮੋਦੀ ਦੇ ਸਾਹਮਣੇ ਅੱਖ ਚੱਕ ਭਾਗੇ ਨਹੀਂ ਬੋਲ ਸਕਿਆ ਵੀ ਤੂੰ ਗਲਤ ਕੀਤਾ ਇਹ ਆਵਾਦਵੀ ਪਾਰਟੀ ਆ ਜਿਹਦੇ ਸਾਡੇ ਪ੍ਰਦੇਸ਼ ਦੇ ਪ੍ਰਧਾਨ ਸਾਹਿਬ ਭਗਵੰਤ ਸਿੰਘ ਮਾਨ ਜਿਹੜੇ ਕਿ ਸੰਗਰੂਰ ਤੋਂ ਐਮਪੀ ਆ ਉਹ ਤੇ ਸੰਜੀਤ ਸਿੰਘ ਜੀ ਜਿਹੜੇ ਕਿ ਦਿੱਲੀ ਤੋਂ ਐਮਪੀ ਆ ਰਾਜ ਸਭਾ ਦੇ ਵਿੱਚ ਇਹਨਾਂ ਨੇ ਮੋਦੀ ਨੂੰ ਅੱਗੇ ਲਾ ਲਿਆ ਤੇ ਕਿਹਾ ਵੀ ਲੈ ਕਾਲੇ ਕਾਨੂੰਨ ਵਾਪਸ ਇਹ ਤੇ ਡੈਥ ਵਾਰੰਟ ਹੈ ਕਿਸਾਨਾਂ ਵਾਸਤੇ ਔਰ ਪਹਿਲਾ ਮੁੱਖ ਮੰਤਰੀ ਆ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਸ਼ਰਿਆਂਵ ਗੱਲ ਕਹੀ ਸੀ ਵੀ ਇਹ ਕਿਸਾਨਾਂ ਦੀ ਗੱਲ ਸਹੀ ਹੈ ਕਿਸਾਨਾਂ ਦੀ ਮੰਗ ਸਹੀ ਹੈ ਮੋਦੀ ਸਰਕਾਰ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਆ ਗਲਤ ਕਾਨੂੰਨ ਬਣਾਏ ਸੋ ਜਿਹੜੀ ਲਵਾਉਣ ਵਾਲੀ ਗੱਲ ਆ ਤੇ ਲਵਾਏ ਗਏ ਜਿਹੜੇ ਚੰਗੇ ਕੰਮ ਕੀਤੇ ਆ ਉਹਦੇ ਵਾਸਤੇ ਪੰਜਾਬ ਦਾ ਇਕੱਲਾ ਕਿਸਾਨ ਨਹੀਂ ਪੰਜਾਬ ਦਾ ਮਜ਼ਦੂਰ ਵੀ ਪੰਜਾਬ ਦਾ ਵਪਾਰੀ ਵੀ ਪੰਜਾਬ ਦਾ ਹਰੇਕ ਉਹ ਲੋਕ ਉਹ ਸ਼ਖਸ ਉਹ ਲੋਕ ਜਿਹੜੇ ਕਹਿੰਦੇ ਵੀ ਪੰਜਾਬ ਬਚਣਾ ਚਾਹੀਦਾ ਸਾਡੇ ਦੇ ਬੱਚੇ ਇੱਥੇ ਰਹਿ ਕੇ ਰਾਜੀ ਨਹੀਂ ਯਾਰ ਪੰਜਾਬ ਕਿਹੜਾ ਪਤਾ ਨਹੀਂ ਕੈਪਟਨ ਮਿੰਦਰ ਸਿੰਘ ਕਹਿੰਦਾ ਮੈਂ ਬੜਾ ਵਿਕਾਸ ਕਰਤਾ ਬੜਾ ਵਿਕਾਸ ਕੀਤਾ ਬੱਚੇ ਦੇ ਇੱਥੇ ਰਹਿ ਕੇ ਰਾਜੀ ਨਹੀਂ ਕਹਿੰਦੇ ਜੀ ਮੈਡੀਕਲ ਕਾਲਜ ਨਵੇਂ ਖੋਲਨੇ ਪੁਰਾਣੇ ਮੈਡੀਕਲ ਕਾਲਜ ਤੇ ਕੱਲ ਅਸੀਂ ਮੈਡੀਕਲ ਕਾਲਜ ਜੁਆਏ ਆ ਗੁਰੂਗੋਬਿੰਦ ਸਿੰਘ ਮੈਡੀਕਲ ਕਾਲਜ ਫੀਡ ਕੋਰਟ ਐਮਰਜੈਂਸੀ ਦੇ ਵਿੱਚ ਇਹਨਾਂ ਨੇ ਗਲਵਸ ਠੱਕ ਨਹੀਂ ਦੇ ਦਸਤਾਨੇ ਨਹੀਂ ਦੇ ਸਕੇ ਕਿਹੜਾ ਕੰਮ ਕਰਦਾ ਸੋ ਜਿਹੜੀ ਇਹ ਲਿਵਾਉਣ ਵਾਲੀ ਗੱਲ ਹੈ ਇਹ ਕੰਮ ਨਾਲ ਹੁੰਦਾ ਕਹਿੰਦੇ ਹੁੰਦੇ ਇੱਥੇ ਆਮਲਾਣਾ ਹੋਣਗੇ ਨਵੇਲੇ ਕਿਸੇ ਨਾਲ ਤੇਰੀ ਜਾਤ ਪੁੱਛਣੀ ਗੱਲਾਂ ਜੋ ਮਰਜ਼ੀ ਕਰੀ ਜਾਓ ਗੱਲਾਂ ਕਰਨ ਵਾਲੇ ਨਹੀਂ ਲਵਾਏ ਜਾਂਦੇ ਲੋਕ ਕੰਮ ਕਰਨ ਵਾਲੇ ਲਵਾਏ ਜਾਂਦੇ ਔਰ ਅਰਵਿੰਦ ਕੇ ਜੀ ਦੀਵਾਲ ਨੇ ਲੋਕਾਂ ਨੂੰ ਇਹ ਦੱਸਤਾ ਵੀ ਕੋਈ ਜਿਹੜਾ ਨੇਤਾ ਉਹ ਕੰਮ ਵੀ ਕਰ ਸਕਦਾ ਕੱਲੀ ਗੱਲਾਂ ਨਹੀਂ ਕੱਲੇ ਵਾਅਦੇ ਨਹੀਂ ਕੱਲੇ ਧੋਖੇ ਨਹੀਂ ਜਿਵੇਂ ਮੋਦੀ ਸਾਹਿਬ ਨੇ ਕੀਤੇ ਜਾਂ ਕਪਟਨ ਸਾਹਿਬ ਨੇ ਕੀਤੇ ਜਾਂ ਬਾਦਲ ਨੇ ਕੀਤੇ ਆ ਜਾਂ ਯੋਗੀ ਕਰੀ ਜਾਂਦਾ ਉਹ ਤਾਂ ਧੋਖੇ ਆ ਅਰਵਿੰਦ ਕੇ ਜੀ ਦੀਵਾਲ ਨੇ ਵਾਅਦੇ ਕਰਕੇ ਤੇ ਨਵਾਕੇ ਦਿਖਾਏ ਆ ਤੇ ਐਸਾ ਮੁੱਖ ਮੰਤਰੀ ਜੀ ਨੇ ਕਿਹਾ ਵੀ ਭਾਈ ਜੇ ਮੈਂ ਕੰਮ ਕੀਤੇ ਤਾਂ ਵੋਟਾਂ ਪਾਇਆ ਜੇ ਨਹੀਂ ਕੀਤੇ ਤਾਂ ਨਾ ਪਾਇਆ ਤੇ ਹੁਣ ਪੰਜਾਬ ਦੇ ਲੋਕ ਵੀ ਕਹਿਣ ਲੱਪੇ ਕਹਿੰਦੇ ਆ ਬਾਦਲ ਕੇ ਵੀ ਦੇਖ ਲਿਆ ਕੈਪਟਨ ਵੇਖ ਲੈ ਰ ਕੇ ਕੇਜਰੀਵਾਲ ਵੇਖਣਾ ਸੋ ਇਹ ਕੈਜਰੀਵਾਲ ਵੇਖਣਗੇ ਸੋ ਇਹ ਜਿਹੜੀ ਰੈਲੀ ਆ ਨਾ ਜੀ ਇਹ ਰੈਲੀ ਤਾਂ ਪ੍ਰੋਗਰਾਮ ਬਣੇ ਹੋਏ ਨੇ ਪਾਰਟੀਆਂ ਦੇ ਔਰ ਆਪਦੀ ਗੱਲ ਬਚਾਉਣੀ ਸਾਰੀਆਂ ਪਾਰਟੀਆਂ ਕਰਦੀਆਂ ਆਵਾਦੀ ਪਾਰਟੀ ਵੀ ਕਰ ਰਹੀ ਹੈ ਪਰ ਵੱਖਰੀ ਗੱਲ ਇਹ ਵੀ ਇੱਥੇ ਅਰਵਿੰਦ ਕੇਜਰੀਵਾਲ ਜੀ ਆ ਰਹੇ ਜਿਹੜੇ ਇਹ ਗੱਲ ਕਹਿੰਦੇ ਵੀ ਸਾਨੂੰ ਵੋਟ ਤਾਂ ਪਾਇਓ ਜੇ ਅਸੀਂ ਵਾਅਦੇ ਕਰਕੇ ਪੂਰੇ ਕਰ ਦਿੱਤਾ ਗੱਲ ਵੱਡੀ ਆ ਅੱਛਾ ਇੱਕ ਸਵਾਲ ਵਿਰੋਧੀਆਂ ਵੱਲੋਂ ਉ ਕਿਉਂ ਪੁੱਛ ਪੁੱਛੀਤੇ ਕਹਿੰਦੇ ਵੀ ਕੇਜਰੀਵਾਲ ਸਾਹਿਬ ਨੇ ਜਿਹੜੇ ਕਾਨੂੰਨ ਐ ਲਾਗੂ ਕਰਤੇ ਸੀ ਦਿੱਲੀ 'ਚ ਪਰ ਜਦੋਂ ਰੌਲਾ ਪੈ ਗਿਆ ਉਹਨਾਂ ਦੀ ਗੱਲ ਉੱਠ ਗਈ ਤਾਂ ਇੱਕ ਲੋਕਾਂ ਮੂਰੇ ਨਾਟਕ ਕਰਨ ਲਈ ਪਾਪੀਆਂ ਪਾੜਤੀਆਂ ਵਿਧਾਨ ਸਭਾ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਗੱਲ ਜਿਹੜੇ ਬੰਦੇ ਸਵਾਲ ਉਠਾਉਂਦੇ ਉਹਨੂੰ ਕਹੋ ਵੀ ਇੱਕ ਡਾਕੂਮੈਂਟ ਜਿੱਦੇ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਦੇ ਸਾਈਨ ਉਹਨਾਂ ਲਿਆ ਕੇ ਦਿਖਾ ਦੇਣ ਇੱਕ ਡਾਕੂਮੈਂਟ ਗੱਲਾਂ ਕਹਿਣ ਉਹ ਤਾਂ ਬਹੁਤ ਗੱਲਾਂ ਬਦਲ ਕੇ ਗਈਆਂ ਨੇ ਲੈ ਉਹ ਕਹੀ ਜਾਂਦੇ ਕੈਪਟਨ ਵਿੰਦਰ ਸਿੰਘ ਕਹਿੰਦਾ ਮੈਂ ਕਾਨੂੰਨ ਵਾਪਸ ਮਾਫਕਾ ਆਪਣਾ ਰੱਦ ਕਰਤਾ ਬੀਪਲੇ ਆ ਮਾਨਸਾ ਤੂੰ ਪੰਜਾਬ ਦੇ ਲੋਕਾਂ ਨੂੰ ਹਜੇ ਵੀ ਅਨਪੜ੍ਹ ਸਮਝਦਾ ਸਾਡੇ ਜਵਾਬ ਅੰਗਰੇਜ਼ੀ ਪੜ੍ਹ ਗਏ ਕੈਨੇਡਾ 'ਚ ਜਾ ਕੇ ਮੰਤਰੀ ਬਣ ਗਏ ਅਮਰੀਕਾ 'ਚ ਜਾ ਕੇ ਮੰਤਰੀ ਬਣ ਗਏ ਮਤਲਬ ਸਾਡੇ ਜਵਾਬ ਤੇ ਤੁਸੀਂ ਹਜੇ ਵੀ ਸਾਨੂੰ ਇਹ ਸਮਝਦੇ ਵੀ ਅਸੀਂ ਜਿਹੜੀ ਗੱਲ ਕਹਦੇ ਉਹ ਮੰਨ ਲੈਣਗੇ ਵੀ ਕੋਈ ਵੀ ਸਰਕਾਰ ਸੂਬਾ ਸਰਕਾਰ ਕੇਂਦਰ ਦਾ ਬਣਾਇਆ ਕਾਨੂੰਨ ਬਾਈ ਜੀ ਨਹੀਂ ਰੱਦ ਕਰ ਸਕਦੀ ਜਿਹੜਾ ਕੇਂਦਰ ਨੇ ਬਣਾਇਆ ਉਹ ਕੇਂਦਰ ਨਹੀਂ ਕਰਨਾ ਹੁੰਦਾ ਮੰਨ ਲਓ ਆਪਾਂ ਇਹ ਮਤਾ ਪਾ ਕੇ ਭੇਜਤਾ ਕੋਈ ਉਹ ਰਾਸ਼ਟਰਪਤੀ ਨੇ ਕੇਂਦਰੀ ਮੰਤਰੀ ਮੰਡਲ ਦੀ ਸਲਾਹ ਤੇ ਉਹਨੂੰ ਮਨਜ਼ੂਰ ਜਾਂ ਨਾ ਮਨਜ਼ੂਰ ਕਰਨਾ ਤੇ ਜਿਹੜੇ ਮੰਤਰੀ ਮੰਡਲ ਨੇ ਕੋਈ ਕਾਨੂੰਨ ਬਣਵਾਇਆ ਉਹ ਉਹ ਕਿਉਂ ਸਲਾਹ ਦੇਊਗਾ ਰਾਸ਼ਟਰਪਤੀ ਨੂੰ ਭਾਈ ਵੀ ਇਹਨੂੰ ਤੁਸੀਂ ਰੱਦ ਕਰ ਦਿਓ ਸੋ ਇਸ ਕਰਕੇ ਇਹਨਾਂ ਨੇ ਡਰਾਮੇਬਾਜ਼ੀ ਕੀਤੀ ਸੀ ਮੈਂ ਵਿਧਾਨ ਸਭਾ ਜੀ ਬੋਲਿਆ ਸੀ ਤੇ ਕੈਪਟਨ ਨੇ ਆਪਦੇ ਪੇਜ ਤੇ ਵੀ ਪਾਇਆ ਉਹ ਜਿੱਥੇ ਮੈਂ ਬੋਲਦਾ ਉਥੇ ਆਵਾਜ਼ ਮਿਊਟ ਕਰਤੀ ਆਪਦੀ ਆਵਾਜ਼ ਹੀ ਦੀ ਆਉਂਦੀ ਆ ਤੋ ਇਹ ਧੋਖੇਪਾਜ ਆ ਧੋਖਾ ਇਹਨਾਂ ਨੇ ਕੀਤਾ ਅਰਵਿੰਦ ਕੇਜਰੀਵਾਲ ਦਾ ਤੁਸੀਂ ਇੱਕ ਵੀ ਕਾਗਜ਼ ਜੀਤੇ ਲਿਖਿਆ ਹੋਵੇ ਸਾਈਨ ਕੀਤੇ ਹੋਣ ਵੀ ਆਹ ਕਾਨੂੰਨ ਲਾਗੂ ਕਰਤਾ ਉਹਦਾ ਸੋ ਇਹਨਾਂ ਦਾ ਮੈਂ ਦਿਖਾਦਾ ਨਾ ਕੈਪਟਨ ਦਾ ਅਬੂਰ ਕਿਨੂਆਂ ਦਾ 2 ਕਰੋੜ ਰੁਪਏ ਨੇ ਮaaf ਕੀਤਾ ਨਵੇਂ ਕਾਨੂੰਨਾਂ ਦੀ ਆੜ ਦੇ ਵਿੱਚ ਹਿਮਾਚਲ ਦੀ ਫਰਮ ਸੀ ਠੀਕ ਹੈ ਤੇ ਜੇ ਗਲਤ ਹੋਵੇ ਤੇ 10-10 ਗਿੱਲਿਆਂ ਦੀ ਸ਼ਰਤ ਜਿਹੜਾ ਵੀ ਬੰਦਾ ਕਹਿੰਦਾ ਹੁਣ ਕੇ ਆ ਜਾ 10 ਲਿਆ 10-10 ਗਿੱਲਿਆਂ ਦੀ ਸ਼ਰਤ ਇੱਕ ਐਫਸੀਆਈ ਵੱਲੋਂ ਕੇਂਦਰ ਸਰਕਾਰ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਕਿ ਜਮ੍ਹਾਂ ਬੰਦੀਆਂ ਦੇਣੀਆਂ ਪੈਣੀਆਂ ਜਿੰਨੀ ਕਿਸੇ ਕਿਸਾਨ ਦੇ ਨਾਲ ਤੇ ਜ਼ਮੀਨ ਆ ਉੰਨੀ ਫਸਲ ਚੱਕੀ ਜਾਊਗੀ ਜਿਹੜੀ ਖਾਤਿਆਂ 'ਚ ਪੇਮੈਂਟ ਸਿੱਧੀ ਆਊਗੀ ਕਿਸਾਨਾਂ ਤੇ ਆੜਤੀਆਂ ਜਿਹਦੋਂ ਲੈ ਕੇ ਵੱਡਾ ਵਿਰੋਧ ਹੈ ਆਮ ਆਦਮੀ ਪਾਰਟੀ ਦਾ ਤੇ ਕੀ ਸਟੈਂਡ ਆ ਆਮ ਆਦਮੀ ਪਾਰਟੀ ਇਹਦਾ ਕਿਸ ਤਰੀਕੇ ਨਾਲ ਵਿਰੋਧ ਕਰੇਗੀ ਜਿਹੜਾ ਇੱਕ ਨਵਾਂ ਜਨਕਿ ਉਹ ਤਿੰਨ ਕਾਨੂੰਨਾਂ ਦੇ ਵਿੱਚੋਂ ਇੱਕ ਕੜੀ ਮੰਨੀ ਜਾਂਦੀ ਹੈ ਕਿ ਲਾਗੂ ਹੋਣੀ ਸ਼ੁਰੂ ਹੋ ਗਈ ਹੈ ਦੇਖੋ ਜੇ ਭੰਬਲ ਪੂਸੇ 'ਚ ਪਾ ਰਹੇ ਆ ਜਾਣ ਕੇ ਲੋਕਾਂ ਨੂੰ ਐਫਸੀਆਈ ਰਾਹੀਂ ਨਾ ਡਰਾ ਰਹੇ ਆ ਕਿਸਾਨਾਂ ਨੂੰ ਵੀ ਤੇ ਸ਼ੈਲਰ ਵਾਲਾ ਨੂੰ ਵੀ ਡਰਾ ਰੇ ਇਹ ਸਾਰਿਆਂ ਨੂੰ ਡਰਾ ਰੇ ਹੁਣ ਕਹਿੰਦੇ 45 ਡਰਾਇਸ ਚਾਹੀਦਾ ਵੀ ਜਿਹੜੀ ਅ ਸ਼ੈਲਰਾਂ ਚ ਜਿਹੜੀ ਮਸ਼ੀਨਰੀ ਨਹੀਂ ਲੱਗੀ ਉਹ ਰਾਈਸ ਕਿਵੇਂ ਦੇ ਰਿਆਂਗੇ ਅਸੀਂ ਸੋ ਇਹ ਜਾਣ ਕੇ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਜਿਵੇਂ ਪਹਿਲਾਂ ਇਹ ਆਪਦੀਆਂ ਕੁਚਾਲਾਂ ਆਂ ਚੱਲਦੇ ਸੀ ਉਹੀ ਚੱਲਾਂ ਮੋਦੀ ਸਾਹਿਬ ਚੱਲ ਰੇ ਕੋਈ ਨਹੀਂ ਚੱਲ ਲੋ ਜਿੰਨਾ ਚੱਲਣਾ ਹੁਣ ਤਾਂ 176 ਵੀ ਤੇ 100 ਗੰਡੇ ਵੀ ਮੋਦੀ ਸਾਹਿਬ ਤਿਆਰ ਰੋ ਕਾਨੂੰਨ ਤਾਂ ਵਾਪਸ ਲੈਣੇ ਪੈਣੇ ਇਹ ਲੱਗਦਾ ਵੀ 21 ਦੀ ਰੈਲੀ ਨੂੰ ਆ ਕਹਿੰਦਾ ਕਿ ਆਮ ਆਦਮੀ ਪਾਰਟੀ ਦਾ ਜਿਹੜੇ ਗਰਾਊਂਡ ਪੱਧਰ ਤੇ ਉਹ ਵਰਕ ਨਹੀਂ ਆ ਲੱਗਦਾ 21 ਤਰੀਕ ਨੂੰ ਇਕੱਠ ਵੱਡੀ ਗਿਣਤੀ ਵਿੱਚ ਇਕੱਠ ਹੋ ਜਾਵੇਗਾ ਉਹ ਪਾਰਟੀਆਂ ਦਾ ਗੱਲ ਇਹ ਆ ਵੀ ਸਾਡੇ ਕੋਲੇ ਕਿਹੜਾ ਰੇਤੇ ਵਾਲੇ ਪੈਸੇ ਆ ਸਾਡੇ ਕੋਲੇ ਕਿਹੜਾ ਸ਼ਰਾਬ ਦੇ ਲੁੱਟੇ ਹੋਏ ਪੈਸੇ ਆ ਜਾਂ ਚਿੱਟੇ ਵਾਲੇ ਪੈਸੇ ਆ ਸਾਡੇ ਕੋਲ ਤਾਂ ਕੰਮ ਹੈ ਸਾਡੇ ਕੰਮ ਅਸੀਂ ਲੋਕਾਂ ਨੂੰ ਦਿੱਲੀ ਲਿਜਾ ਕੇ ਦਿਖਾਉਣਾ ਚਾਹੁੰਦੇ ਸੀ ਉੱਥੇ ਪਤਾ ਨਹੀਂ ਕਿਉਂ ਜੀ ਇਹ ਮੈਨੂੰ ਤਾਂ ਲੱਗਦਾ ਮੋਦੀ ਨੇ ਮਦਦ ਹੀ ਕੀਤੀ ਕੀਤੀ ਇਹ ਪੁੱਠੇ ਕੰਮ ਕਰਕੇ ਹੈ ਠੀਕ ਆ ਸੀਧੀ ਹੋ ਗਈ ਆ ਸਾਡੇ 2250 ਲੋਕਾਂ ਦੀ ਪਰ ਇਹ મોદી ਨੇ ਪੁੱਠਾ ਪੈਣਾ ਦਿੱਲੀ ਦੇ ਕੀਤੇ ਵੇ ਕੰਮ ਸਾਰੇ ਪੰਜਾਬ ਨੇ ਦੇਖ ਲਏ ਆ ਤੇ ਉਹ ਗੱਲ ਗਰਾਉਂਡ ਤੇ ਚਲੀ ਗਈ ਆ ਦਿੱਲੀ ਦੇ ਵਿੱਚ ਉਹੀ ਸਕੂਲ ਆ ਉਹੀ ਮਾਸਟਰ ਆ ਸਰਕਾਰੀ ਸਕੂਲ ਵਧੀਆ ਚੱਲਦੇ ਆ ਦਿੱਲੀ ਦੇ ਵਿੱਚ ਅਰਵਿੰਦ ਕੇ ਜੀ ਰਵਾਲ ਨੇ 2500 ਪੈਨਸ਼ਨ ਦਾ ਵਾਅਦਾ ਕੀਤਾ ਸੀ ਉਹ ਦਿੱਤੀ ਜਾਂਦੀ ਆ अरविंद केजरीवाल ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹ ਕਿਹਾ ਸੀ ਭਾਈ ਜਿਹੜੇ ਬੰਦੇ ਵੋਟਾਂ ਪਾ ਕੇ ਲੋਕਾਂ ਨੂੰ ਐਮਐਲਏ ਬਣਾਉਂਦੇ ਆ ਤੇ ਐਮਐਲਏ ਦਾ ਇਲਾਜ ਤਾਂ ਮੁਫਤ ਹੈ ਤੇ ਐਮਐਲਏ ਬਣਾਉਣ ਵਾਲਿਆਂ ਨੂੰ ਘਰ ਵੇਚਣੇ ਪੈਂਦੇ ਮੈਂ ਵੀ ਇਹਨਾਂ ਦਾ ਵੀ ਇਲਾਜ ਮੁਫਤ ਕਰੂੰਗਾ ਤੇ ਅੱਜ ਉੱਥੇ ਇਲਾਜ ਮੁਫਤ ਆ ਸੋ ਇਹ ਚੀਜ਼ਾਂ ਸਾਰੀਆਂ ਉੱਥੇ ਦਿੱਲੀ ਜਿਹੜੇ ਲੋਕ ਗਏ ਉਹਨਾਂ ਨੇ ਦੇਖ ਲਈਆਂ ਤੇ ਉਹ ਆ ਕੇ ਉਹ ਹਵਾ 'ਤੇ ਨਹੀਂ ਉੱਡਦੇ ਫਿਰਦੇ ਗਰਾਊਂਡ 'ਤੇ ਹੀ ਆਏ ਆ ਘਰੇ ਜਦੋਂ ਆਉਂਦੇ ਪਿੰਡਾਂ 'ਚ ਸੋ ਗਾਉਂ ਗਰਾਊਂਡ ਤੇ ਪੂਰਾ ਕੰਮ ਹੈ ਗੁਰੂ ਮਿਹਰ ਕਰੂਗਾ ਐਤਕੀ ਆ ਰੈਲੀਆਂ ਰੋਲੀਆਂ ਚੱਲ ਹੁੰਦੀਆਂ ਰਹਿਣੀਆਂ ਹੋਈ ਜਾਣੀਆਂ ਇਹ ਵਧੀਆ ਹੋਊਗੀ ਕਿਉਂਕਿ ਬਹੁਤ ਸਮਰਥਨਾਂ ਲੋਕਾਂ ਦਾ ਆਪ ਹੀ ਕਹਿ ਰਿਹਾ ਜਾਣਾ ਸੀ ਲੇਕਿਨ ਗੁਰੂ ਨੇ ਮੇਰ ਕਰਨੀ ਸਰਕਾਰ ਬਣਨੀ ਆਵਾਦੀ ਪਾਰਟੀ ਦੀ ਪੰਜਾਬ ਦੇ ਵਿੱਚ ਤੇ ਲੋਕਾਂ ਨੇ ਵੇਖਣਾ ਕਹਿੰਦੇ ਵੀ ਨੀਲੇ ਵੇਖ ਲੈ ਚਿੱਟੇ ਵੇਖ ਲੈ ਐਤਕੀ ਅਰਵਿੰਦ ਕੇ ਜੀ ਵਾਲਾ ਜਲਵਾ ਵੇਖਣਾ ਸੋ ਲੋਕ ਵੇਖਣਗੇ ਜੀ ਕੱਲ ਮੁਲਾਕਾਤ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਉਹਨਾਂ ਦੀ ਮੁਲਾਕਾਤ ਤੋਂ ਬਾਅਦ ਹਾਲੇ ਉਹਨਾਂ ਨੇ ਨਾ ਮੀਡੀਆ ਨਾਲ ਗੱਲ ਕੀਤੀ ਹੈ ਕੀ ਲੱਗਦਾ ਵੀ ਜਿਹੜੀ ਇਹ ਮੁਲਾਕਾਤ ਹੈ ਵਿੱਚ ਕੀ ਕਹਾ ਜਾ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਦਾ ਹੀ ਇੱਕ ਜਿਹੜਾ ਚਲਾਇਆ ਜਾ ਰਿਹਾ ਕਿ ਜੁੱਧੂ ਤੇ ਕੈਪਟਨ ਨੂੰ ਨੇੜੇ ਕਰਨਾ ਤੁਹਾਨੂੰ ਕੀ ਲੱਗਦਾ ਇਹ ਤੇ ਉਹ ਜਦੋਂ ਵੇਖਿਆ ਵੀ ਥੱਲੇ ਉਹ ਤਾਂ 1.5 ਫੁੱਟ ਦੂਰ ਬੈਠੇ ਇੱਕ ਦੂਜੇ ਤੋਂ ਢਾਈ ਹੋਣੇ ਮੇਰੇ ਹਿਸਾਬ ਨਾਲ ਉੱਤੋਂ ਮੜਾ ਫੋਟੋ ਖਿਜਾਉਣਾ ਤੇ ਉਹਨੇ ਘੁਰਕੀ ਮਾਰੀ ਹੋਣੀ ਰਾਹੁਲ ਗਾਂਧੀ ਨੇ ਜਦ ਇਹਨੇ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੋਊਗਾ ਫੋਟੋ ਹੌਂਡਾ ਜਿਹਨੇ ਫੋਟੋ ਦੇ ਬਾਦਲ ਤੇ ਕੈਪਟਨੀ ਵਿੱਚੀਆਂ ਇਕੱਠੀਆਂ ਦੀਆਂ ਸਾਹ ਵਹਿਦੇ ਇਹ ਇਕੱਠੇ ਹੀ ਆ ਤੇ ਨੇੜੇ ਇਹਨਾਂ ਦੇ ਹੱਥ ਜੁੜੇ ਵੀ ਇੱਕ ਦੂਜੇ ਦੇ ਬਾਦਲ ਦੇ ਗਰਦਨ ਦੇ ਸੁਖਵੀਰ ਦੇ ਸੋ ਉਹ ਇਹ ਬੜੀਆਂ ਹਾਇਤਾ ਜੀ ਬਹੁਤ ਗੱਲਾਂ ਆਉਣੀਆਂ ਆਮ ਆਦਮੀ ਪਾਰਟੀ ਚ ਆਉਣ ਦੀ ਸੰਭਾਵਨਾ ਹੈ ਨਵਜੋਤ ਸਿੰਘ ਸਿੱਧੂ ਜੀ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜੀ ਮੈਨੂੰ ਹਣ ਕੀ ਪਤਾ ਇਹ ਗੱਲ ਚੱਲ ਰਹੀ ਹੋਵੇ ਪਾਰਟੀ ਅੰਦਰ ਪਾਰਟੀ ਦੀ ਚੱਲਦੀ ਹੋਣੀ ਜੀ ਮੇਰੇ ਕੋਲ ਨਾਲ ਲੜਨੀ ਚੱਲੀ ਜੀ ਨਹੀਂ ਕਿੰਦੋਂ ਵੀ ਕਹਿੰਦੇ ਵੀ ਨਵਜੋਤ ਸਿੰਘ ਸਿੱਧੂ ਕੋਈ ਗੱਲ ਕਰਦੇ ਆ ਤਾਂ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਉਹਨਾਂ ਤੇ ਕੋਈ ਕਟਾਕਸ਼ ਕਰ ਦਿੰਦੇ ਆ ਤਾਂ ਕਿ ਕਿਆ ਜਾਂਦਾ ਕਿ ਜੇ ਉਹ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਤਾਂ ਕਿਤੇ ਨਾ ਕਿਤੇ ਭਗਵੰਤ ਮਾਨ ਪਿੱਛੇ ਜਾਣਗੇ ਨਹੀਂ ਨਹੀਂ ਭਗਵੰਤ ਮਾਨ ਸਾਹਿਬ ਨੇ ਦਾਅਵਾ ਕੀਤਾ ਕਿ ਮੈਂ ਆਪ ਬੁੱਕੇ ਲੈ ਕੇ ਜਾਊਂ ਫੁੱਲ ਲੈ ਕੇ ਜਾਊਂਗਾ ਜੇ ਕੋਈ ਆਉਂਦਾ ਦਾ ਬੰਦਾ ਕੱਲਰ ਸਿੱਧਾ ਰਾਜਨੀਤੀ ਦੀ ਗੱਲਾਂ ਹੁੰਦੀਆਂ ਨੇ ਰਾਜਨੀਤੀ ਕਿਉਂ ਤੇ ਆਵੇ ਤੇ ਫਿਰ ਪਤਾ ਲੱਗ ਜਾਊਗਾ ਜਾਂਦਾ ਕਿ ਨਹੀਂ ਜਾਂਦਾ ਨਹੀਂ ਤੇ رائے ਵੀ ਥੋੜੀ ਹੁੰਦਾ ਜੀ ਭਗਵੰਤ ਮਾਨ ਜਿਹੜੀ ਗੱਲ ਕਹਿੰਦਾ ਉਹ ਕਹਿੰਦਾ ਉਹ ਉਹ ਦਿਲੋਂ ਕਹਿੰਦਾ ਉਹ ਕਿਹੜਾ ਲੀਡਰ ਆਂਗੂ ਅੰਦਰ ਕੋਈ ਹੋਰ ਹੈ ਤੇ ਬਾਹਰ ਹੋਰ ਇੱਕੋ ਗੱਲ ਅੰਦਰ ਵੀ ਉਹ ਹੈ ਬਾਹਰ ਵੀ ਉਹ ਭਗਵੰਤ ਮਾਨ ਭਗਵੰਤ ਮਾਨ ਹੀ ਹੈ ਨਹੀਂ ਫਿਰ ਇਹਦਾ ਮਤਲਬ ਸੀਐਮ ਪਾਰਟੀ ਦੱਸੂਗੀ ਜੀ ਇਹ ਪਾਰਟੀ ਨੇ ਕਰਨਾ ਪ੍ਰਧਾਨ ਜੀ ਭਗਵੰਤ ਮਾਨ ਤੇ ਜਾਂ ਕੇ ਜੀਦੀਵਾਲ ਸਾਹਿਬ ਇਹਨਾਂ ਨੇ ਡਿਸਾਈਡ ਕਰਨਾ ਹੈ ਆਪਸੇ ਕਰਨਗੇ ਸੰਧਵਾ ਸਾਹਿਬ ਕਦੋਂ ਤੱਕ ਹੋ ਜਾਊਗਾ ਕਿ ਪਿਛਲੀ ਵਾਰ ਕਿਤੇ ਨਾ ਕਿਤੇ ਖੜਕਦਾ ਰਿਹਾ ਕਿ ਆਮ ਆਦਮੀ ਪਾਰਟੀ ਕੋਲ ਫੇਸ ਨਾ ਹੋਣ ਕਰਕੇ ਕੋਈ ਜੱਦ ਦਾ ਕਾਰਨ ਹੈ ਇਹ ਵੀ ਕਾਰਨ ਮੰਨਿਆ ਜਾਂਦਾ ਐਸੇ ਕਿ ਕਹਿੰਦਾ ਸਮਾਂ ਪਹਿਲਾਂ ਡੇਕਲੈਰ ਕਰ ਦਿੱਤਾ ਜਾਊਗਾ ਯਾਰ ਮੈਨੂੰ ਐ ਨਹੀਂ ਸਮਝ ਆਉਂਦੀ ਇੱਕ ਪਾਰਟੀ 7 ਸਾਲਾਂ ਚ ਤਿੰਨ ਵਾਰੀ ਦੇ ਇੱਕ ਸੂਬੇ ਸਰਕਾਰ ਬਣਾ ਗਈ 7 ਐਮਪੀ ਬਣਾ ਗਈ 70 ਸਾਲ ਜਿਹੜੇ ਸੂਬੇ ਚ ਤੀਜੀ ਤੇ ਰਾਤ ਦੇ ਲੋਕ ਲੜਦੇ ਲੈ ਰਹੇ ਪਰਿਵਾਰ ਉੱਜੜ ਗਏ ਸਾਰਾ ਕੁਝ ਹੋ ਗਿਆ ਕਾਮਰੇਡ ਵਿਚਾਰੇ ਘਰੇ ਥੱਕ ਕੇ ਬਹਿ ਗਏ ਸੀ ਉਸ ਸੂਬੇ ਦੇ ਵਿੱਚ 20 ਸੀਟਾਂ ਲੈ ਕੇ ਆਵਾਂ ਦੀ ਪਾਰਟੀ ਤੀਜੀ ਤਾਂ ਤੁਸੀਂ ਕਹਿੰਦੇ ਹਾਰ ਗਏ ਮੈਨੂੰ ਸਮਝ ਨਹੀਂ ਆਉਂਦੀ ਇਹ ਪਾਰਟੀ ਦੇ ਦੁਖੀਆਂ ਵੱਲੋਂ ਚਲਾਈ ਹੋਈ ਗੱਲ ਹੈ ਹਰੇ ਕਿੱਥੇ ਅਸੀਂ ਵਿਰੋਧੀ ਧਿਰ ਜਾਏ ਆਂ ਵਿਰੋਧੀ ਧਿਰ ਚ ਅਸੀਂ ਆਪ ਦਾ ਪੂਰਾ ਫਰਜ਼ ਨਿਭਾਇਆ ਵਿਰੋਧੀ ਧਿਰ ਤੋਂ ਬਾਅਦ ਅਗਲਾ ਥਾਂ ਤਾਂ ਗੁਰੂ ਦੀ ਮੇਰ ਨਾਲ ਸਰਕਾਰੀ ਹੁੰਦੀ ਆ ਸਤ ਸਤ ਸਰਕਾਰ ਜਾਵਾਂਗੇ ਹਾਰੇ ਨਹੀਂ ਉਹ ਵੀ ਨਹੀਂ ਨੇ ਤੁਸੀਂ 100 ਸੀਟਾਂ ਦਾ ਦਾਵਾ ਕਰਦੀ ਹੁੰਦੀ ਸੀ ਆਵਾ ਦੀ ਪਾਰਟੀ ਤਾਂ ਲੋਕਾਂ ਨੂੰ ਲੱਗਦਾ ਕਿ ਹਾਰੇ ਹੋ ਗਏ ਇਹ ਦਾਵਾ ਦਾ ਦਾਵਾ ਦਾ 25 ਸਾਲ ਉਹ ਵੀ ਕਰਦਾ ਸੀਗਾ ਸੁਖਵੀਰ ਉਹਨੂੰ ਤਾਂ ਕਹਿੰਦਾ ਨਹੀਂ ਕੋਈ ਹਾਰਿਆ ਉਹਦੇ ਕੋ ਪੱਤੀ ਐ ਐਮਐਲਏ ਨਹੀਂ ਆਏ ਉਹ ਅਸੀਂ ਜਿੱਤੇ ਯਾਰ ਅਸੀਂ ਵਿਰੋਧੀ ਧਿਰ ਚ ਆਏ ਆ ਜਿੱਤ ਕੇ ਆਏ ਆ ਹਾਰ ਕੇ ਥੋੜੀ ਆ ਜਾਂਦਾ ਨਾ ਬੰਦਾ ਸੋ ਅਸੀਂ ਜਿੱਤੇ ਆ ਬਿਲਕੁਲ ਹਾਰੇ ਨਹੀਂ ਹੁਣ ਸਾਡੇ ਕੋਲ 5 ਸਾਲ ਦਾ ਤਜਰਬਾ ਪਹਿਲਾਂ ਸਾਰੇ ਨਵੇਂ ਸੀ ਔਰ ਤਜਰਬੇ ਤੋਂ ਬਿਨਾ ਸਰਕਾਰ 'ਚ ਆਉਣਾ ਵੀ ਘਾਟਕਾ ਹੁਣ ਤਜਰਬੇ ਆ ਤਜਰਬਾ ਹੋ ਗਿਆ ਸਰਕਾਰ ਚਾਵਾਂਗੇ ਤੇ ਪੰਜਾਬ ਦੇ ਲੋਕਾਂ ਦਾ ਪਲਾ ਕਰਾਂਗੇ ਪਲਾ ਤੁਹਾਨੂੰ ਇਹ ਗੱਲ ਪਲਾ ਕਰਨਾ ਅਸੀਂ ਪਲਾ ਕਰਨਾ ਤੇ ਬਾਬੇ ਨਾਨਕ ਨੇ ਸਾਨੂੰ ਸਰਕਾਰ 'ਚ ਬਿਠਾਉਣਾ ਦਿੱਲੀ ਦੇ ਵਿੱਚ ਵੀ ਇੱਕ ਰੌਲਾ ਚੱਲ ਰਿਹਾ ਕਿ ਰੇਡ ਕਾਲ ਚੱਲ ਰਿਹਾ ਕੇਂਦਰ ਸਰਕਾਰ ਦਿੱਲੀ ਤੇ ਕਹਿੰਦੇ ਆ ਕਿ ਆ ਜਾ ਰਿਹਾ ਆਵਾਜ਼ ਦੀ ਪਾਰਟੀ ਨੂੰ ਕਿ ਦਿੱਲੀ ਤੇ ਫਿਰ ਅਧਿਕਾਰਾਂ ਤੇ ਮੁੱਖ ਮੰਤਰੀ ਦੇ ਅਧਿਕਾਰਾਂ ਤੇ ਫਿਰ ਹਮਲਾ ਕਰ ਰਹੀ ਹੈ ਇਹ ਕੀ ਵੱਡੀ ਦਿੱਲੀ ਫਿਰ ਛੋਟੀ ਦਿੱਲੀ ਨੂੰ ਤੰਗ ਕਰਨ ਲੱਗ ਗਈ ਹੈ ਉਹਨਾਂ ਸਾਰੇ ਦੇਸ਼ ਨੂੰ ਟਿੰਡੀ ਵਾਲੇ ਵੀਰ ਚੜਾਇਆ ਉਹਨੇ ਮੋਦੀ ਨੇ ਤਾਂ ਸਾਰਿਆਂ ਨੂੰ ਤੰਗ ਕਰਦਾ ਤੇ ਕੇਜਰੀਵਾਲ ਨੇ ਹੁਣ ਜੇਲਾ ਨਹੀਂ ਬਣਾਈਆਂ ਉਹਦੇ ਆਖਿਆ ਜਿਹੜੀ ਜੇਲਾ ਚ ਸਾਡੇ ਕਿਸਾਨਾਂ ਨੂੰ ਬੰਦ ਕਰਨਾ ਚਾਹੁੰਦਾ ਸੀ ਨਾਉਨ ਸਟੇਡੀਅਮ ਮੰਗੇ ਸੀ ਉਹ ਕੇਜਰੀਵਾਲ ਨੇ ਨਹੀਂ ਬਣਾਏ ਤੇ ਉਹ ਕਹਿੰਦਾ ਵੀ ਤੂੰ ਮੇਰੇ ਆਖੇ ਨਹੀਂ ਲੱਗਿਆ ਤੇ ਮੈਂ ਤੇਰੀ ਸਰਕਾਰ ਖਤਮ ਕਰਨਾ ਆਹ ਗੱਲ ਆ ਕੋਈ ਗੱਲ ਨਹੀਂ ਲਾਲੇ ਜੋਰ ਸਾਰਾ ਦੇਸ਼ ਤਾਂ ਕੇਜਰੀਵਾਲ ਦੇ ਨਾਲ ਹੈ ਕੋਈ ਚੱਕਰ ਨਹੀਂ ਪਹਿਲਾਂ ਜਦੋਂ ਕਿਤੇ ਸੂਬੇ 'ਚ ਇਲੈਕਸ਼ਨ ਹੁੰਦੇ ਸੀ ਉਹ ਪਿਛਲੀ ਆਰ ਦੀ ਗੱਲ ਕਰੀਏ ਤਾਂ ਅਰਵਿੰਦ ਕੇਜਰੀਵਾਲ ਉੱਥੇ ਪਹੁੰਚਦੇ ਸੀ ਚਾਹੇ ਉਹਨਾਂ ਦੇ ਉਮੀਦਵਾਰ ਹੀ ਨਹੀਂ ਖੜੇ ਹੁੰਦੇ ਸੀ ਪਰ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਈਪਾ ਦਾ ਵਿਰੋਧ ਕਰਨ ਲਈ ਪਹੁੰਚਦੇ ਸੀ ਪੱਛਮੀ ਬੰਗਾਲ 'ਚ ਉਹਨਾਂ ਦੀ ਘਾਟ ਜਿਹੜੇ ਦੇਸੀ ਨਹੀਂ ਕਿ ਉਹ ਉਹਨਾਂ ਦਾ ਵਿਰੋਧ ਕਰਨ ਲਈ ਪਹੁੰਚਣ ਕਿਤੇ ਕੀ ਗੱਲ ਲੱਗਦੀ ਹੈ ਤੁਹਾਨੂੰ ਕੋਈ ਐਸੀ ਗੱਲ ਨਹੀਂ ਬਿਲਕੁਲ ਉਹਨਾਂ ਦਾ ਆਪਣੀ ਉਹਨੇ ਮਮਤਾ ਬੇਨਰਜੀ ਨੇ ਸਾਥ ਦਿੱਤਾ ਜਿਹੜਾ ਮੋਦੀ ਸਾਹਿਬ ਦਿੱਲੀ ਦੇ ਸਰਕਾਰ ਦੇ ਅਧਿਕਾਰਾਂ ਤੇ ਉੱਤੇ ਐਲਜੀ ਦਾ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਕੋਈ ਚੱਕ ਨਹੀਂ ਜੇ ਲੋਡ ਪੈਣਗੇ ਤੇ ਪੋਲਿਟੀਕਲੀ ਜੋ ਮਮਤਾ ਬਨਰਜੀ ਉਥੇ ਦੀ ਕਹੂਗੀ ਉਵੇਂ ਉਵੇਂ ਹੋਊਗਾ ਜੇ ਉਹਨੇ ਬਲਾਅਰ ਫਿਰ ਜਾਣਗੇ ਜੀ ਦਿੱਲੀ ਤਾਂ ਕਿ ਕੇਂਦਰ ਸ਼ਾਸਤ ਪ੍ਰਦੇਸ਼ ਅਸੀਂ ਮੰਨ ਲੈਨੇ ਆ ਕਿ ਉਹਦੇ ਕੋਲ ਤਾਂ ਪਹਿਲਾਂ ਵੀ ਅਧਿਕਾਰਾਂ ਦੀ ਕਮੀ ਆ ਬਹੁਤੇ ਅਧਿਕਾਰ ਜਿਹੜੇ ਵੱਡੇ ਗਿਣਤੀ ਦੇ ਅਧਿਕਾਰ ਕੇਂਦਰ ਕੋਲੇ ਵੀ ਆ ਤੇ ਜਿਹੜੀ ਕੇਂਦਰ ਸਰਕਾਰ ਹੁੰਦੀ ਆ ਰਾਜ ਸਰਕਾਰ ਉਹਦੇ ਕੋਲੇ ਵੀ ਜਿਵੇਂ ਹੁਣ ਖੇਤੀ ਕਾਨੂੰਨ ਹੋ ਗਏ ਜਾਂ ਹੋਰ ਲਗਾਤਾਰ ਜੀਐਸਟੀ ਹੋ ਗਿਆ ਜਿਹੜੀ ਕੇਂਦਰ ਸਰਕਾਰ ਆ ਉਹ ਕਿਤੇ ਨਾ ਕਿਤੇ ਰਾਜਾਂ ਦੇ ਅਧਿਕਾਰਾਂ ਤੇ ਲਗਾਤਾਰ ਹਮਲਾ ਫੈਡਰਲ ਢਾਂਚੇ ਤੇ ਹਮਲਾ ਜਿਹੜੀ ਕਰ ਰਹੀ ਹੈ ਇਹ ਤੁਹਾਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਹੜੀਆਂ ਸੰਭਾਵਨਾਵਾਂ ਲੱਗ ਰਹੀਆਂ ਕਿ ਜਿਹੜੇ ਰਾਜਾਂ ਦਾ ਅਧਿਕਾਰ ਬਿਲਕੁਲ ਹੀ ਖੋਲੇ ਕੇਂਦਰ ਸਰਕਾਰ ਤੁਸੀਂ ਰਾਜਾਂ ਦਾ ਅਧਿਕਾਰ ਇਹਨੇ ਲੋਕਾਂ ਦਾ ਅਧਿਕਾਰ ਖੋਣ ਦੀ ਗੱਲ ਕਰਦੇ ਰਾਜ ਤਾਂ ਬਾਅਦ ਵਾਲੀ ਗੱਲ ਹੈ ਤੇ ਲੋਕ ਆਮ ਜਿਹੜੇ ਕਾਮਨ ਸਿਟੀਜ਼ਨ ਹੈ ਆਮ ਨਾਗਰਿਕ ਆ ਉਹਦੇ ਅਧਿਕਾਰਾਂ ਤੇ ਡਾਕਾ ਜਿਹੜੀ ਮੋਦੀ ਸਰਕਾਰ ਮਾਰ ਰਹੀ ਆ ਔਰ ਇਹ ਮੋਦੀ ਸਾਹਿਬ ਨੂੰ ਯਾਦ ਰੱਖਣਾ ਚਾਹੀਦਾ ਵੀ ਇਹ ਹਿੰਦੁਸਤਾਨ ਹੈ ਭਾਰਤ ਦੇਸ਼ ਆ ਔਰ ਇਹਦੀ ਲੜਾਈ ਹਮੇਸ਼ਾ ਪੰਜਾਬ ਨੇ ਅੱਗੇ ਉਹ ਗੇ ਲੜੀ ਆ ਭਾਵੇਂ ਅੰਗਰੇਜ਼ ਭਜਾਏ ਆ ਤੇ ਹੁਣ ਮਤਲਬ ਟਾਈਮ ਮੋਦੀ ਸਾਹਿਬ ਦਾ ਵੀ ਬੀਜੇਪੀ ਦਾ ਵੀ ਮਤਲਬ ਦਾ ਕੰਮ ਖਤਮ ਹੀ ਆ ਜਿਹੜੇ ਸਾਹ ਦਾ ਧੱਕਾ ਕਰਨ ਲੱਗੇ ਤੇ ਸਾਰੇ ਕਿਸਾਨ ਦੇਸ਼ ਦੇ ਉੱਠ ਖੜੇ ਆ ਸੋ ਇਹ ਕਿਸਾਨਾਂ ਦੇ ਆਮ ਲੋਕਾਂ ਦੇ ਹੱਕਾਂ ਦੇ ਡਾਕਾਵਾਰਨਾ ਫੈਡਰਲ ਢਾਂਚੇ ਦੇ ਉੱਤੇ ਸੱਟ ਮਾਰਨੀ ਮੋਦੀ ਸਾਹਿਬ ਨੂੰ ਬਹੁਤ ਮਹਿੰਗੀ ਪੈਣੀ ਹੈ ਬਹੁਤ ਮਹਿੰਗੀ ਪੈਣੀ ਹੈ ਔਰ ਇਹ ਬੀਜੇਪੀ ਮੇਰਾ ਖਿਆਲ ਆ ਵੀ ਹੁਣ 100 ਸਾਲ ਅਗਲੇ 100 ਸਾਲ ਆਉਣੀ ਨਹੀਂ ਬੀਜੇਪੀ ਜਿਹਦੇ ਹਿਸਾਬ ਨਾਲ ਕਿਉਂਕਿ ਹਿੰਦੁਸਤਾਨ ਦੇ ਲੋਕ ਜਦੋਂ ਨਾ ਸਮਝ ਨਾ ਸਮਝੋ ਤੁਰਪੇ ਤੇ ਫਿਰ ਸਿਰੇ ਲਾ ਦਿੰਦੇ ਆ ਪਹਿਲਾਂ ਮੋਦੀ ਨੂੰ ਨਹੀਂ ਸਿਰੇ ਲਾਇਆ ਸਾਰਾ ਕੁਝ ਹੀ ਮੋਦੀ ਨੂੰ ਫੜਾਤਾ ਸੀ ਸੋ ਦੇਖੋ ਹੁਣ ਕੀ ਬਣਦਾ ਇਹ ਬੀਜੇਪੀ ਦਾ ਸਫਾਇਆ ਹੋਊਗਾ ਅਵਤਨਵਾਦੀ ਇਹ ਸੰਸਾਡੇ ਨਾਲ ਕੁਲਤਾਰ ਸਿੰਘ ਸੰਧਵਾ ਜੋ ਕਿ ਆਮਦਵੀ ਪਾਰਟੀ ਦੇ ਸੀਨੀਅਰ ਲੀਡਰ ਹੈ ਕੋਟਕਪੂਰਾ ਤੋਂ ਵਿਧਾਇਕ ਹੈ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ 21 ਦੀ ਰੈਲੀ ਨੂੰ ਲੈ ਕੇ ਤਾਂ ਉਹਨਾਂ ਕਿਹਾ ਕਿ 21 ਦੀ ਰੈਲੀ ਤੇ ਜਿਹੜਾ ਇਹ ਗੱਲ ਲੁਭਾਵਨਾ ਤਾਂ ਲੁਭਾਉਣ ਵਾਲੀ ਗੱਲ ਦੂਰ ਦੀ ਗੱਲ ਹੈ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਆ ਉੱਥੇ ਜੋ ਕਿਸਾਨ ਬੈਠੇ ਆ ਉਹਨਾਂ ਦੇ ਲਈ ਜੋ ਉਹਨਾਂ ਦੀਆਂ ਮੋੜਲੀਆਂ ਸਹੂਲਤਾਂ ਹੁੰਦੀਆਂ ਸਾਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਨਾਲ ਹੀ ਜਿਹੜਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੋ ਉਹਨਾਂ ਤੇ ਅਧਿਕਾਰਾਂ ਤੇ ਜੋ ਹਮਲਾ ਕੀਤਾ ਜਾ ਰਿਹਾ ਉਹ ਵੀ ਜੋ ਉਹਨਾਂ ਨੇ ਅਰਵਿੰਦ ਨਰਿੰਦਰ ਪ੍ਰਧਾਨ ਮੰਤਰੀ ਨੂੰ ਜੇਲਾ ਬਣਾਉਣ ਤੋਂ ਕਿਸਾਨਾਂ ਨੂੰ ਕੈਦ ਕਰਨ ਤੋਂ ਜਵਾਬ ਦਿੱਤਾ ਸੀ ਉਹਦੇ ਬਦਲਾਖੋਰੀ ਦੀ ਨੀਤੀ ਦੇ ਤਹਿਤ ਹੀ ਇਹ ਸਾਰਾ ਕੁਝ ਕਰ ਰਹੇ ਆ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਸੀਐਮ ਦੇ ਚਿਹਰੇ ਬਾਰੇ ਤਾਂ ਉਹਨਾਂ ਕਿਹਾ ਕਿ ਅੱਗੇ ਜਾ ਕੇ ਪਾਰਟੀ ਫੈਸਲਾ ਲਵੇਗੀ ਉਹ ਸਾਰਾ ਤੁਹਾਡੇ ਸਾਹਮਣੇ ਆ ਜਾਵੇਗਾ ਕੈਮਰਾ ਪਰਸਨ ਲੈਮਨਦੀਪ ਦੇ ਨਾਲ ਮਨਿੰਦਰ ਜੀ ਸਿੱਧੂ ਜ਼ਿੰਦਾਬਾਦ ਚੈਨਲ ਕੋਟਕਪੂਰਾ